ਪਾਕ ਦੇ ਅੱਲਾ ਕਰੀਮ ਨੇ ਇਹ ਸੋਹਣੀ ਸੂਰਤ ਜਿਹੜੀ ਨਾਜ਼ਲ ਫਰਮਾਈ ਹੈ ਕੁਰਾਨ ਪਾਕ ਦੇ ਆਗਾਜ਼ ਦੇ ਅੰਦਰ ਮੌਜੂਦ ਹੈ। ਇਸ ਪਾਕ ਤੇ ਸੋਹਣੀ ਸੂਰਤ ਦੇ ਅੰਦਰ ਅੱਲਾ ਰੱਬੁਲ ਇੱਜ਼ਤ ਨੇ ਇਹ ਦੁਆ ਮੰਗਣ ਦਾ ਆਪਣੇ ਮਹਿਬੂਬ ਦੇ ਗੁਲਾਮਾਂ ਨੂੰ ਤਰੀਕਾ ਦੱਸਿਆ। ਸਦਕੇ ਜਾਈਏ ਉਸ ਸੋਹਣੇ ਦਾਤਾ ਤੋਂ, ਸਦਕੇ ਜਾਈਏ ਉਸ ਮਾਲਕੋ ਮੌਲਾ ਤੋਂ ਜਿਹੜਾ ਆਪਣੇ ਘਰ ਵੀ ਬੁਲਾਉਂਦਾ ਹੈ ਔਰ ਆਪਣੇ ਘਰ ਬੁਲਾ ਕੇ ਮੰਗਣ ਦੇ ਤਰੀਕੇ ਵੀ ਸਿਖਾਉਂਦਾ ਹੈ। ਅੱਲਾ ਕਰੀਮ ਨੇ ਫਰਮਾਇਆ ਇਹਦੀ ਸਿਰਾਤ ਅਲ ਮੁਸਤਕੀਮ, ਮਹਿਬੂਬ ਦੇ ਗੁਲਾਮਾਂ ਨੂੰ ਇਹ ਤਾਲੀਮ ਦਿੱਤੀ ਕਿ ਮੇਰੀ ਬਾਰਗਾਹ ਚ ਆਓ, ਆ ਕੇ ਦੁਆ ਮੰਗੋ। ਯਾ ਅੱਲਾ ਕਿਵੇਂ ਦੁਆ ਕਰੀਏ? ਅੱਲਾ ਨੇ ਫਰਮਾਇਆ ਆ ਕੇ ਮੇਰੀ ਬਾਰਗਾਹ ਚ ਖੜੇ ਹੋ ਕੇ ਦੁਆ ਕਰਿਆ ਕਰੋ, ਇਹਦਿਨ ਸਿਰਾਤ ਅਲ ਮੁਸਤਕੀਮ, ਯਾ ਅੱਲਾ ਕਰੀਮ ਸਾਨੂੰ ਸਿੱਧੇ ਰਸਤੇ ਤੇ ਚਲਾ, ਸਿੱਧੇ ਰਸਤੇ ਤੇ ਚਲਾ। ਅੱਛਾ, ਇਹ ਜਿਹੜਾ ਚਲਾ ਵਾਲਾ ਤਰਜਮਾ ਹੈ ਨਾ, ਇਹ ਵੀ ਸਾਡੇ ਬਾਬਿਆਂ ਨੇ ਕੀਤਾ ਹੈ। ਬੇਲੀਆਂ ਨੇ ਤਰਜਮਾ ਕੀਤਾ ਹੈ ਕਿ ਯਾ ਅੱਲਾ ਸਾਨੂੰ ਸਿੱਧਾ ਰਸਤਾ ਵਖਾ। ਸਾਡੇ ਬਾਬਿਆਂ ਤਰਜਮਾ ਕੀਤਾ ਹੈ ਸਾਨੂੰ ਸਿੱਧੇ ਰਸਤੇ ਤੇ ਚਲਾ। ਆਲਮੇ ਤਸੱਵਰਾਤ ਵਿੱਚ ਆਲਾ ਹਜ਼ਰਤ ਬਰੇਲਵੀ ਦੀ ਬਾਰਗਾਹ ਚ ਅਰਜ਼ ਕੀਤੀ, ਹਜ਼ੂਰ ਸਾਰੇ ਤਰਜਮਾ ਪੇ ਕਰਦੇ ਨੇ, ਯਾ ਅੱਲਾ ਸਾਨੂੰ ਸਿੱਧਾ ਰਸਤਾ ਵਖਾ, ਤੇ ਤੁਸੀਂ ਆਂਦੇ ਹੋ ਸਾਨੂੰ ਸਿੱਧੇ ਰਸਤੇ ਤੇ ਚਲਾ। ਅੱਗੋ ਆਵਾਜ਼ ਆਈ, ਉਹਨਾਂ ਵੇਖਿਆ ਨਹੀਂ, ਹਾਲੇ ਵੇਖਣ ਦੀਆਂ ਦੁਆਵਾਂ ਪੇ ਮੰਗਦੇ ਨੇ, ਅਸੀਂ ਰਸਤਾ ਵੇਖਿਆ ਜਿਹੜਾ ਕਾਲੀ ਕਮਲੀ ਵਾਲਾ ਵਿਖਾ ਕੇ ਗਿਆ। ਹਰ ਬੰਦਾ ਦੁਆ ਕਰਦਾ ਹੈ ਇਹਦੇ ਨਾਲ ਸਿਰਾਤ ਮੁਸਤਕੀਮ, ਯਾ ਅੱਲਾ ਸਾਨੂੰ ਸਿੱਧੇ ਰਸਤੇ ਤੇ ਚਲਾ। ਮੀਆਂ ਸਾਹਿਬ ਦੀ ਮੈਂ ਜ਼ੁਬਾਨੀ ਤਰਜਮਾ ਕਰਨਾ, ਆਪ ਨੇ ਮਰਦ ਕਾਮਲ ਨੇ ਨਕਸ਼ਾ ਖਿੱਚਿਆ, ਕਮਾਲ ਕਰ ਦਿੱਤਾ। ਹਰ ਬੰਦਾ ਆਂਦਾ ਇਹ ਦਿਨ ਸਿਰਾਤ ਅਲ ਮੁਸਤਕੀਮ, ਯਾ ਅੱਲਾ ਸਾਨੂੰ ਸਿੱਧੇ ਰਸਤੇ ਤੇ ਚਲਾ। ਆਪ ਨੇ ਇਸੇ ਬਾਤ ਨੂੰ ਸ਼ਾਇਰੀ ਦੇ ਅੰਦਾਜ਼ ਵਿੱਚ ਪੇਸ਼ ਕੀਤਾ ਹੈ। ਆਪ ਫਰਮਾਉਂਦੇ ਨੇ ਹਰ ਕੋਈ ਆਖੇ ਰਾਦੇ ਰਾਦੇ ਬੰਦਾ ਦੁਆ ਮੰਗਦਾ ਹੈ, ਓਏ ਹਰ ਕੋਈ ਆਖੇ ਰਾਦੇ ਰਾਦੇ, ਤੇ ਮੈਂ ਵੀ ਆਖਾਂ ਰਾਦੇ, ਓਏ ਪਿੰਡ ਮੁਰਸ਼ਿਦ ਤੈਨੂੰ ਰਾਹ ਨਹੀਂ ਲੱਭ ਜਿਹਦੇ ਤੇ ਦਾਤਾ ਹਜਵੇਰੀ ਚੱਲੇ, ਜਿਹਦੇ ਤੇ ਖਾਜਾ ਅਜਮੇਰੀ ਚੱਲੇ। ਇਹ ਸਿੱਧਾ ਰਸਤਾ ਤੇ ਸਾਨੂੰ ਸਾਡੇ ਬਜ਼ੁਰਗਾਂ ਨੇ ਵਿਖਾ ਦਿੱਤਾ ਹੈ, ਅਸੀਂ ਕਿਉਂ ਵਿਖਾਣ ਦੀਆਂ ਦੁਆਵਾਂ ਮੰਗੀਏ? ਸਾਨੂੰ ਪਤਾ ਹੈ ਸਿੱਧਾ ਰਸਤਾ ਕਿਹੜਾ ਹੈ, ਬਸ ਅੱਲਾ ਦੀ ਬਾਰਗਾਹ 'ਚ ਦੁਆ ਕਰਨੇ ਆ, ਯਾ ਅੱਲਾ ਸਾਨੂੰ ਸਿੱਧੇ ਰਸਤੇ ਤੇ ਚੱਲਣ ਦੀ ਤੌਫੀਕ ਅਤਾ ਫਰਮਾ ਦੇ। ਮੈਂ ਅਰਜ਼ ਕੀਤਾ ਕਿ ਸਫਰੁਲ ਮੁਜ਼ੱਫਰ ਦੇ ਅੰਦਰ ਚੁਕੇ ਬੇਸ਼ੁਮਾਰ ਔਲੀਆ ਕਾਮਿਲੀਨ ਦੇ ਵਿਸਾਲ ਨੇ, ਇਹ ਵਲੀ ਦਿੰਦੇ ਕੀ ਨੇ, ਇਹਨਾਂ ਦੇ ਜ਼ਿਕਰ ਨਾਲ ਮਿਲਦਾ ਕੀ ਹੈ, ਇਹਨਾਂ ਦੇ ਕੋਲ ਜਾਇਆ ਬੰਦੇ ਨੂੰ ਫਾਇਦਾ ਕੀ ਮਿਲਦਾ? ਆਓ ਮੈਂ ਦੱਸਣਾ।